ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲੋਕ ਸੇਵਾ ਗਰੁੱਪ ਪੰਜਾਬ, ਜਿਵੇਂ ਸਾਰੇ ਆਪਣੇ ਵੀਰਾਂ ਨੂੰ ਪਤਾ ਹੀ ਹੈ, ਇਹ ਬਿਮਾਰੀ ਚੱਲ ਰਹੀ ਹੈ ਕਰੋਨਾ ਵਾਸਤੇ। ਸੋ ਸਾਰੇ ਵੀਰ ਹੀ ਇਹਦੇ ਵਿੱਚ ਪੀੜਿਤ ਨੇ। ਸੋ ਫੋਨ ਆਈ ਜਾਂਦੇ ਆ ਵੀਰ, ਜੋ ਵੀਰ ਰਾਸ਼ਨ ਹਰ ਮਹੀਨੇ ਦੀ ਤਰ੍ਹਾਂ ਪਹੁੰਚਾਉਂਦੇ ਸੀ, ਉਹਨਾਂ ਦੇ ਵੀ ਫੋਨ ਆ ਰਹੇ ਨੇ। ਸੋ ਵੀਰ, ਸਾਡੀ ਇੱਕ ਬਹੁਤ ਹੀ ਜ਼ਿਆਦਾ, ਤੁਹਾਨੂੰ ਵੀ ਪਤਾ ਹੈ ਵੀ ਮਜਬੂਰੀ ਹੈ ਵੀ ਅਸੀਂ ਨਹੀਂ ਆ ਸਕਦੇ। ਸੋ ਸਾਰੇ ਹੀ ਵੀਰ ਆਪਣੇ ਘਰੋਂ ਘਰ ਬੈਠੇ ਨੇ, ਜੋ ਕਿ ਅਸੀਂ ਤੁਹਾਡੇ ਤਾਈਂ ਰਾਸ਼ਨ ਪਹੁੰਚਾ ਸਕੀਏ। ਸੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਥੋੜ੍ਹਾ ਜਿਹਾ ਠੀਕ ਹੋਣ 'ਤੇ ਮਾਹੌਲ ਜ਼ਰੂਰ ਰਾਸ਼ਨ ਪਹੁੰਚਾਇਆ ਜਾਊਗਾ। ਸੋ ਸਾਡੀ ਲੋਕ ਸੇਵਾ ਗਰੁੱਪ ਵਾਲਿਆਂ ਦੀ ਸਾਰਿਆਂ ਵੱਲੋਂ ਇੱਕ ਬੇਨਤੀ ਹੈ, ਜੋ ਕਿ ਗੁਰਦੁਆਰਾ ਸਾਹਿਬ ਕੋਈ ਵੀ ਨੇੜੇ ਵੱਡੇ ਸਥਾਨ ਨੇ, ਕੈਪਟਨ ਸਾਹਿਬ ਨੂੰ ਵੀ ਬੇਨਤੀ ਹੈ ਲੋਕ ਸੇਵਾ ਗਰੁੱਪ ਪੰਜਾਬ ਵੱਲੋਂ ਕਿ ਕੋਈ ਗਰੀਬਾਂ ਦਾ ਹੱਲ ਜ਼ਰੂਰ ਕੀਤਾ ਜਾਵੇ, ਕਿਉਂਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਇਹੋ ਜਿਹੇ, ਜੋ ਕਿ ਘਰ ਰਾਸ਼ਨ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਸੋ ਉਹਨਾਂ ਵੀਰਾਂ ਦਾ ਵੀ ਫੋਨ ਆ ਰਿਹਾ ਗਾ, ਅਤੇ ਕੈਪਟਨ ਸਾਹਿਬ ਨੂੰ ਬੇਨਤੀ ਹੈ ਕਿ ਕੋਈ ਨਾ ਕੋਈ ਜ਼ਰੂਰ ਹੱਲ ਕਰਨ ਇਹਨਾਂ ਦਾ, ਰਾਸ਼ਨ ਪਹੁੰਚਾਉਣ ਦਾ ਹੱਲ ਕਰਨ, ਅਤੇ ਜਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਕੋਈ ਨਾ ਕੋਈ ਛੂਟ ਦਿੱਤੀ ਜਾਵੇ ਆਉਣ ਜਾਣ ਵਾਸਤੇ, ਜੋ ਕਿ ਰਾਸ਼ਨ ਪਹੁੰਚਾ ਸਕੇ ਕੋਈ ਵੀ ਸੰਸਥਾ। ਸੋ ਵੀਰੋ, ਬੇਨਤੀ ਹੈ ਸਾਰੇ ਹੀ ਵੀਰਾਂ ਨੂੰ। ਸੋ ਵੀਰੋ, ਇਹ ਤੋਂ ਬਿਮਾਰੀ ਤੋਂ ਬਚਣ ਵਾਸਤੇ ਆਪਾਂ ਨੂੰ ਜੋ ਸਰਕਾਰ ਉਪਰਾਲੇ ਕਰ ਰਹੀ ਹੈ, ਸੋ ਬਹੁਤ ਵਧੀਆ ਨੇ। ਸੋ ਉਹਦੇ ਵਿੱਚ ਹੀ ਆਪਾਂ ਸਹਿਮਤ ਹੋ ਕੇ ਰਹੀਏ ਤਾਂ ਬਹੁਤ ਵਧੀਆ ਗੱਲ ਹੈ। ਗੁਰਦੁਆਰੇ ਜਿੰਨੇ ਵੀ ਕੋਈ ਨੇੜੇ ਵੱਡੇ ਧਰਮ ਸਥਾਨ ਨੇ, ਗੁਰਦੁਆਰਾ ਜਥੇਦਾਰ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ। ਸੋ ਗਰੀਬ ਪਰਿਵਾਰ ਜੋ ਵੀ ਘਰੇ ਮੰਨ ਲਓ ਰਾਸ਼ਨ ਪਾਣੀ ਨਹੀਂ ਹੈਗਾ, ਸੋ ਉਹਨਾਂ ਨੂੰ ਲੰਗਰ ਛਕਾਉਣ ਦੀ ਜ਼ਰੂਰ ਸੇਵਾ ਕਰਨ। ਸੋ ਇੰਨਾ ਚਾਹੁੰਦੇ ਹੋਏ ਖਿਮਾ ਦੇ ਯਾਜਕਾਂ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ